लुधियाना में इस पर लोकसभा चुनाव के लिए 90% से ज्यादा वोटिंग कास्ट होगी यह कहना है लुधियाना के नोडल अफसर लखविंदर सिंह संधू का जो एक जागरूकता अभियान चला रहे हैं उन्होंने मीडिया को जानकारी देते हुए बताया कि आज वाला कैंपस ही गवर्नमेंट हाई स्कूल है भोलला जी है ये जोड़ा कैंप है ये इस क्राउडी एरिया में लाया गया और इसी पे साडे आज साडे को बहुत ज्यादा जोड़े वोटर्स ने इथे निकल के आए ने ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਬੜੇ ਦਿਲਚਸਪੀ ਦਿਖਾ ਕੇ ਇਸ ਮਸ਼ੀਨ ਬਾਰੇ ਪੀਵੀ ਪੈਟ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਵੋਟਾਂ ਪਾ ਕੇ ਦੇਖਿਆ ਮੌਕਪੁਰ ਕਰਾਇਆ ਸੀ 250 ਤੋਂ ਦੇ ਕਰੀਬ ਅਸੀਂ ਮੌਕਪੁਰ ਵੋਟਾਂ ਪੁਵਾਈਆਂ ਇੱਥੇ ਔਰ ਉਹ ਉਹਨਾਂ ਨੇ ਤਸੱਲੀ ਕਰਾਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਪ੍ਰੋਗਰਾਮ ਹੀ ਇਹ ਹੈ ਵੀ ਜਿਹੜੇ ਵੋਟਰ ਆ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਕਿਉਂਕਿ ਐਤ ਕੀ ਵੀਵੀ ਪੈਟੇ ਅਸੀਂ ਸਾਰੇ ਬੂਥਾਂ ਤੇ ਲੈ ਕੇ ਜਾਣਾ ਹੈ ਸੋ ਵੋਟਰਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੰਦਰ ਉਹਦੇ ਕੋਲ ਕੀ ਜਾ ਰਿਹਾ ਹੈ ਔਰ ਦੂਜੀ ਗੱਲ ਇਹ ਵੀ ਹੈ ਕਿ ਉਹਨੂੰ ਇਹਦੀ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਵੋਟਾਂ ਪੈਂਦੀਆਂ ਇਹਦਾ ਕੀ ਸਿਸਟਮ ਹੈ ਕਿਵੇਂ ਇਹਨਾਂ ਦੀ ਕਾਊਂਟਿੰਗ ਹੁੰਦੀ ਹੈ ਕਿਵੇਂ ਇਹ ਸਾਡੀ ਸਲਿੱਪਾ ਜਿਹੜੀ ਕਿੱਥੇ ਜਾਂਦੀ ਹੈ ਔਰ ਇਹਦੇ ਬਾਰੇ ਅਸੀਂ ਪੂਰੀ ਤਰ੍ਹਾਂ ਜਿਹੜਾ ਵੀ ਸਾਨੂੰ ਕੋਈ ਸਵਾਲ ਆ ਸਾਥੋਂ ਪੁੱਛਦਾ ਅਸੀਂ ਉਹਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੰਨੇ ਆ